ਪ੍ਰੋਡਿਊਸਰਾ ਪ੍ਰੋਡਿਊਸਰਾ ਕਮਾਲ ਕਰਤੀ ਭੈਣ ਚੋ ਕੱਲ ਹੋਏ ਹਨਾ ਕੋਟ ਦੇ ਨਾਲ ਸੰਤਾਂ ਨੇ ਉਹ ਕੁੜੀ ਦਾ 10,000 ਫੋਲੋਅਰ ਕਰਤਾ ਹਨਾ ਮਿੰਟਾਂ ਚ ਮਿੰਟਾਂ ਭੈਣ ਚੋ ਉਹਦੇ 700 ਸੀ 700 ਮੰਨਦੇ ਹੋ ਇੱਥੋਂ ਪਤਾ ਲੱਗਦਾ ਵੀ ਲੋਕ ਕਿੰਨੇ ਪਿਆਰ ਕਰਦੇ ਨੇ ਇੱਥੋਂ ਪਤਾ ਲੱਗਦਾ ਵੀ ਕਿੰਨੇ ਲੋਕ ਸਟੋਰੀ ਦੇਖਦੇ ਨੇ ਇੱਥੋਂ ਪਤਾ ਲੱਗਦਾ ਲੋਕਾਂ ਦਾ ਦਿਲਾਂ ਦਾ ਪਿਆਰ ਥੈਂਕ ਯੂ ਯਾਰੋ ਬਿੱਲੇ ਕਾਲੇ ਤੇਲ ਵਾਲਿਓ ਪਰ ਤੈਨੂੰ ਸਨੈਪਚੈਟ ਤੇ ਦੇ ਲਾ ਮੈਂ ਕੋਟ ਦਾ ਨਾਮ ਲਾਤਾ ਹਾਂ ਤੇ ਸਾਰਾ ਕੁਛ ਉਹਨਾਂ ਦਾ ਹੋਰ ਕੀ ਭਾਲਦਾ ਤੂੰ ਕੀ ਚਾਹੀਦਾ ਮੈਂ ਕੀ ਕਰਾਵਾਂ ਮੈਂ ਕਹਿੰਦਾ ਤੂੰ ਇੱਕ ਇੱਥੇ ਕੋਟ ਦੇ ਨੇ ਦੋ ਤਾਂ ਏਅਰਪੋਰਟ ਬਣਾ ਭੈਣ ਦੀ ਡੰਡਾ ਲਵਿਆ ਭਾਈ ਉਹ ਕੈਨੇਡਾ ਮੇਰੇ ਤੋਂ ਇਹੀ ਗੱਲਾਂ ਕਰਕੇ ਤਾਂ ਅਸੀਂ ਪੱਤਰਕਾਰ ਬੰਬੇ ਤੋਂ ਸਾਡੇ ਪਿੰਡ ਆਏ ਫਿਰਦੇ ਆ ਡੰਡਾ ਸਵਾਲ ਪੁੱਛ ਸਾਡੇ ਇਹੀ ਗੱਲਾਂ ਕਰਕੇ ਹਾਂਜੀ ਭਾਨਾ ਸੀ ਤਾਂ ਸਵਾਲ ਮੈਂ ਪੁੱਛੂ ਵੀ ਤੁਸੀਂ ਵਰਜਨ ਹੋ ਵਰਜਣਾ ਭੈਣ ਚੋ ਤਾਂ ਤੈਨੂੰ 50 ਬਾਰੇ ਦੱਸਦਾ ਹੀ ਵਰਜਣਾ ਮੈਂ ਖਬਰ ਤਾਂ ਲਾਉ ਜੇ ਮੈਨੂੰ ਰੁਪਏ ਦਿਓਗੇ ਰੁਪਈਆ ਨਹੀਂ ਮੈਂ ਕਦੋਂ ਵੀ ਤੋਪੇ ਟੁੱਟਣੇ ਵੇ ਦੇ ਕੇ ਆਇਆ ਭੈਣ ਦੀ ਲੁੱਟ ਲੈ ਇਹ ਭੈਣ ਦੀ ਮੈਂ ਤਾਂ ਲਾਉਂਗਾ ਰੁਪਈਏ ਦਿਓ ਭੈਣ ਦੀ ਡੰਡਾ ਲੈ ਇਹ ਅੰਦਰ ਜਾ ਕੇ ਭੈਣ ਦੇ ਉੱਤੇ ਜਾ ਕੇ ਸੋਟ ਜਾ ਕੇ ਮੀਡੀਆ ਦੱਸ ਦੇ ਵੀ ਇਹ ਭੈਣ ਤੋਂ ਵਰਜਣ ਨਹੀਂ ਹੈਗੇ ਹਾਂ ਮੈਂ ਤਾਂ ਦੱਸੂ ਮੈਂ ਕਿੰਨੇ ਰੁਪਏ ਲੈਗਾ ਮੈਂ 10,000 ਰੁਪਏ ਛੋਟੀ ਜੀ ਖਬਰ ਦਾ ਭੈਣ ਤੋਂ ਇੰਨੇ ਠੱਗੇ ਇਹ ਕਹਿੰਦੇ ਭੈਣ ਤੋਂ ਤੇ ਨਵੀਂ ਖਬਰ ਹੋਰ ਛਾਪਤੀ ਜਿਹੜੀ ਆਪਣੇ ਨਾਲ ਕੱਲ ਛੋਟ ਤੇ ਕੁੜੀ ਨਹੀਂ ਸੀ ਉਹ ਭੈਣ ਚੋਂ ਦੱਤੇ ਪੰਜਾਬ ਨੂੰ ਨੇ ਕਹਤਾ ਵੀ ਇਹ ਉਹਦੀ ਗਰਲਫ੍ਰੈਂਡ ਆ ਭੰਨ ਕਿਉਂ ਕੀ ਪਤਾ ਕੀ ਗੱਲ ਹੈ ਇਹ ਹੁਣ ਤੁਸੀਂ ਸੁਣੋ ਹੋਰ ਲੋਕਾਂ ਦੇ ਖਿਲਾਫ ਸਾਡਾ ਧੰਦਾ ਚੱਲਦਾ ਨਹੀਂ ਛੋਟੇ ਕਲਾ ਬੋਲ ਲਾਂਗੇ ਤਾਂ ਸਾਡਾ ਚੈਨਲ ਵੀ ਚੰਨੂਗਾ ਖਬਰ ਲਾਈ ਪਿਆ ਉੱਥੇ ਲੋਕ ਜਿਹਨੇ ਭਾਬੀਆਂ ਤੁਹਾਡੀਆਂ ਬਾਬਿਓ ਹਜੇ ਨਹੀਂ ਤੁਹਾਨੂੰ ਦਿਖਾਉਂਦੇ ਭਾਬੀਆਂ ਤੁਹਾਡੀਆਂ ਬਾਲੀਆਂ ਨੇ ਸਾਡੇ ਕਾਲੇ ਤੇਰੇ ਵਾਲਾ ਯਾਰ ਕਹਿੰਦਾ ਸੀ ਭਾਬੇ ਲੰਡਾ ਮਰੇ ਗੱਪ ਇਹ ਗੱਪ ਨਿਊਜ਼ ਵਾਲਿਆਂ ਕੋਲ ਗੱਪ ਹੁੰਦੇ ਨੇ ਭਾਬੀਆਂ ਬਾਬਿਓ ਤੁਹਾਡੀਆਂ ਦਿਖਾਵਾਂਗੇ ਪਰ ਹਜੇ ਟਾਈਮ ਨਹੀਂ ਆ ਹਜੇ ਸਿੰਗਲ ਆ 100 ਰੁਪਏ ਲਾਉਣੇ ਮੈਂ ਵੱਧ ਹੋ ਸਕਦਾ ਹਾਂ ਸਿੰਗਲ ਸਾਨੂੰ ਇਹ ਜੇ ਕੁੜੀਆਂ ਹਜੇ ਮਿਲੀਆਂ ਹੀ ਨਹੀਂਗੇ ਵੀ ਜਿਹੜੇ ਸਾਡੇ ਦਿਲਾਂ ਨੂੰ ਛੂ ਜਾਣ ਉਦਾਂ ਨੇ ਮਿਲੀਆਂ ਹੀ ਨਹੀਂ ਅਸੀਂ ਸਾਡੇ ਭੈਣ ਚੋਂ ਤਾਂ ਤੁਹਾਡੇ ਆਉਣੀਆਂ ਭੈਣ ਚੋਂ ਤਾਂ ਤੁਸੀਂ ਹਰ ਇੱਕ ਨੂੰ ਭਾਬੀ ਬਣਾ ਖਬਰ ਤਾਂ ਮੈਂ ਲਾਉਣੀ ਆ ਬਾਬਿਓ ਮੈਂ ਲਾਉ ਜਿਵੇਂ ਮਰਜ਼ੀ ਲਾਉ ਹਾਂ ਰੁਪਏ ਦੇ ਦੇਣਗੇ ਤਾਂ ਸਿੱਧੇ ਲਾਵਾਂਗੇ ਸਾਰੀ ਉਮਰ ਵਿਆਹ ਕਰਾਉਂਦੇ ਨਹੀਂ ਪਰ ਸਾਡਾ ਦਿਲ ਕਰਦਾ ਵੀ ਯਾਰ ਗਰਲਫ੍ਰੈਂਡ ਦਾ ਹੋਣੇ ਚਾਹੀਦੇ ਹਨਾ ਪੁੱਤਰਾ ਤੇਰਾ ਦਿਲ ਕਰਦਾ ਵੀ ਗਰਲਫ੍ਰੈਂਡ ਹੋਣੀ ਚਾਹੀਦੀ ਜੱਟ ਤਾਂ ਜੀ ਭੈਣ ਜਿਹੜਾ ਹੀਰਾ ਵਰਗੇ ਨੇ ਹੀਰਾ ਵਰਗੇ ਸ਼ੇਰਾਂ ਵਰਗੇ ਨੇ ਜੱਟ ਸ਼ੇਰਾਂ ਵਰਗੇ ਕੁੜੀਆਂ ਦਾ ਕੰਮ ਹੁੰਦਾ ਮੇਕਅਪ ਕਰਨਾ ਤੇ ਪਾਊਡਰ ਲਾਉਣਾ ਮਰਦਾਂ ਦਾ ਕੰਮ ਹੁੰਦਾ ਸਨੈਪਚੈਟ ਤੇ ਮਰਦਾਂ ਦਾ ਕੰਮ ਹੁੰਦਾ ਟੈਂਪੂ ਚਲਾਉਣਾ ਆਪਣਾ ਮਰੀਜ਼ ਸੀਗਾ ਉਹਦੀ ਡੈਥ ਹੋ ਚੁੱਕੀ ਆ ਮੈਨੂੰ ਬਹੁਤ ਸਾਨੂੰ ਦੁੱਖ ਹੋਇਆ ਦਿਲੋਂ ਦੁੱਖ ਹੋਇਆ ਤੇ ਜਿਹੜੇ ਭਰਾਵਾਂ ਦਾ ਅਕਾਊਂਟ ਮੈਂਸ਼ਨ ਕਰਿਆ ਸੀ ਉਹ ਕਹਿੰਦੇ ਬਾਈ ਜਿਹੜੇ ਭਰਾ ਪੈਸੇ ਪਵਾ ਰਹੇ ਨੇ ਸਾਡੇ ਨੂੰ ਕਹਿੰਦੇ ਕੋਈ ਫੰਡ ਦੀ ਲੋੜ ਨਹੀਂ ਕਹਿੰਦੇ ਨਾ ਪਵਾਉਣ ਕਹਿੰਦੇ ਕਿਸੇ ਹੋਰ ਚੰਗੇ ਕੰਮ 'ਚ ਵਰਤ ਲੈਣ ਤੇ ਉਹ ਅਕਾਊਂਟ ਨੰਬਰ ਹੁਣ ਮੈਂ ਉੱਥੋਂ ਜਿਹੜਾ ਕੋਲ ਹੈਗਾ ਬਸ ਉਹਨਾਂ ਦਾ ਵਿਚਾਰਾਂ ਦਾ ਨੌਜਵਾਨ ਮੁੰਡਾ ਸੀ ਇਹ ਭੈਣ ਦੀ ਫੁੱਦੀ ਖਾਵੇ ਨਾ MP ਭੈਣ ਦੀ ਫੁੱਦੀ ਖਾਵੇ ਨਾ ਸਰਕਾਰਾਂ ਸਰਕੋਰਾਂ ਧਿਆਨ ਦਿੰਦੇ ਨੇ ਇਹ ਭੈਣ ਦੀ ਲੌੜਾ ਲੈਣੇ ਨੇ ਹੁਣ ਇਲੈਕਸ਼ਨ ਦਾ ਦੌਰ ਹੈ ਭੈਣ ਦੀ ਫੁੱਦੀ ਖਾਵੇ ਨਾ ਕਿਸਾਨਾਂ ਵੱਲ ਧਿਆਨ ਦਿੰਦੇ ਨਾ ਕਿਸੇ ਹੋਰ ਵੱਲ ਇਹ ਬਾਬੇ ਸਟੋਰੀਆਂ ਬਹੁਤ ਕੰਮ ਕਰਦੇ ਨੇ ਕੋਟ ਦੇ ਨਾਲ ਸਟੋਰੀਆਂ ਐਵੇਂ ਨਹੀਂ ਇਹ ਭੈਣ ਚੁੱਧੋ ਇਹ ਇਹਨਾਂ ਦਾ ਧਰਨੇ ਲਵਾ ਆਉਂਦੀਆਂ ਨੇ ਇਹ ਭੈਣ ਦੀ ਫੁੱਦੀ ਖਾਵੇ ਸਿੰਗਰਾਂ ਦੀਆਂ ਸਟੋਰੀਆਂ ਨਹੀਂ ਹੈਗੀਆਂ ਲੌਂਡਿਆਂ ਦੀਆਂ ਇਹ ਕੋਟ ਦੇ ਨਾਲ ਸਟੋਰੀਆਂ ਨੇ ਇਹ ਭੈਣ ਚੁੱਧੋ ਵੱਡੇ ਵੱਡੇ ਵਿਵਾਦ ਖੜੇ ਕਰ ਦਿੰਦੇ ਵੱਡੇ ਵੱਡੇ ਕੰਮ ਕਰਾ ਦਿੰਦੀਆਂ ਨੇ ਇਹ ਭੈਣ ਚੁੱਧੋ ਇਹ ਕਹਿੰਦਾ ਜੱਟ ਦੀ ਕਹਿੰਦਾ ਭੈਣ ਦੀ ਫੁੱਦੀ ਖਾਵੇ ਕਲਿੱਪ ਕਲੁੱਪ ਜੇ ਤੇਰੀ ਬਣਦੀ ਜੱਟਾਂ ਦੀ ਸਟੋਰੀ ਨਿਊਜ਼ ਬਣਦੀ ਹੈ ਭੈਣ ਦੀ ਫੁੱਦੀ ਖਾਵੇ ਸਟੋਰੀ ਹੈ ਜੱਟਾਂ ਦੀ ਕੋਟ ਦੇ ਨਾਲ ਜੇ ਗਲ ਵਿੱਚ ਟਾਈ ਹੁੰਦੀ ਸੀ ਹੈ ਪੈਂਟ ਕੋਟ ਦੇ ਨਾਲ ਜੇ ਗਲ ਵਿੱਚ ਟਾਈ ਹੁੰਦੀ ਸੀ ਕਦੇ ਸਾਡੀ ਵੀ ਕਦੇ ਲੋਕਾਂ ਵਾਂਗੂ ਹਾਏ ਲੋਕਾਂ ਵਾਂਗੂ ਖੱਬੀ ਸੀਟ ਤੇ ਅੱਗ ਵਰਗੀ ਸਹੇਲੀ ਬਿਠਾਈ ਹੁੰਦੀ ਸੀ ਕਦੇ ਖੱਬੀ ਸੀਟ ਤੇ ਨਾਲ ਜੇ ਸਹੇਲੀ ਬਿਠਾਈ ਹੁੰਦੀ ਸੀ ਪਟਿਆਲੇ ਦੇ ਵਿੱਚ ਮੈਨੂੰ ਦੇਖ ਕੇ ਮੇਰੀਆਂ ਪੁਰਾਣੀਆਂ ਯਾਦਾਂ ਮੈਨੂੰ ਬਹੁਤ ਯਾਦ ਆਉਂਦੀਆਂ ਨੇਗੀਆਂ ਕਿਉਂਕਿ ਭੈਣ ਚੋ ਦਾ ਕੋਈ ਟਾਈਮ ਹੁੰਦਾ ਸੀਗਾ ਕੋਈ ਟਾਈਮ ਹੁੰਦਾ ਸੀ ਬਾਬਿਓ ਜਦੋਂ ਆ ਜੀ ਭੈਣ ਦਾ ਨਾ ਖਾਲਸਾ ਕਾਲਜ ਵਾਲਾ ਜਦੋਂ ਇਕੱਲੀ ਇਕੱਲੀ ਕੁੜੀ ਕਹਿੰਦੀ ਹੁੰਦੀ ਭੈਣ ਚੋ ਅੱਜ ਕੱਲ੍ਹ ਟਾਈਮ ਵਾਲਾ ਲੰਘਿਆ ਦਿਨ ਮਾੜੇ ਚੱਲਦੇ ਨੇ ਬਾਬਿਓ ਦਿਨ ਬਹੁਤ ਮਾੜੇ ਚੱਲਦੇ ਨੇ ਨਾ ਕੋਈ ਹੁਣ ਸਹੇਲੀ ਹੈ ਉਹ ਜਵਾਨੀ ਸੀ ਉਦੋਂ ਯਾਰ ਹੁਣ ਭੈਣ ਚੋ ਜਵਾਨੀ ਓਲਡ ਹੋ ਚੁੱਕਿਆ ਹੁਣ ਉਹ ਟਾਈਮ ਨਹੀਂ ਹੈਗਾ ਵੀ ਕੋਈ ਗਰਲਫ੍ਰੈਂਡ ਬਣਾਈਏ ਜੀ ਨਹੀਂ ਕਰਦਾ ਮਾਹੌਲ ਚੇਂਜ ਹੋ ਚੁੱਕਿਆ ਪਰ ਨੋ ਪਰ ਗਲਤ ਕੰਮ ਕਿਸੇ ਨਾਲ ਕੁੜੀ ਨਾਲ ਨਹੀਂ ਕੀਤਾ ਸਹੇਲੀਆਂ ਬਣੀਆਂ ਨੇ ਮੁੰਡੇ ਕੁੜੀਆਂ ਨੇ ਚੋਲ ਮੋਲ ਕਰਦੇ ਜ਼ਿਆਦਾ ਆਉਂਦੇ ਨੇ ਪਰ ਅੱਜ ਕੱਲ ਜਵਾਨਾ ਬਲ ਚੁੱਕਿਆ ਜਿਵੇਂ ਸਾਡੇ ਦੇ ਇੱਕ ਅੱਧੀ ਕੋਈ ਬਣੀ ਸੀਗੀ ਹਨਾ ਐਵੇਂ ਗਲਤ ਕੰਮ ਨਹੀਂ ਸੀ ਕਰਿਆ ਬਾਬੇ ਉਹ ਅੱਜ ਕੱਲ ਭੈਣ ਦੀ ਬੁੱਧੀ ਖਾਵ ਦੀ ਮੰਡੀਰ ਹੋਟਲ ਚ ਮੈਂ ਤੁਹਾਨੂੰ ਦੱਸ ਨਹੀਂ ਜਾਣਾ ਛਰਿਆ ਮੈਂ ਗੱਲਾਂ ਕਿੰਨਾ ਗੰਦ ਪਾਉਂਦੇ ਨੇ ਕਿਵੇਂ ਭੈਣ ਚੋ ਡੇਟਿੰਗ ਫੇਟਿੰਗ ਕਰਦੇ ਨਾ ਪਰ ਸਾਡੇ ਟਾਈਮ ਅਸੀਂ ਇਹ ਕੰਮ ਨਹੀਂ ਹੁੰਦਾ
ਵੈਸੇ ਦੋਸਤ ਬਣੇ, ਗਰਲਫ੍ਰੈਂਡ ਬਣੀ, ਕੋਈ ਦੁੱਖ ਸੁੱਖ ਦੇ ਸਾਂਝੀ ਬਣੇ। ਅੱਜ ਕੱਲ ਤਾਂ ਮੈਂ ਦੱਸ ਨੀ ਸਕਦਾ ਵੀ ਕੀ, ਮੈਂ ਗੱਲ ਦੱਸ ਨੀ ਸਕਦਾ। ਬਹੁਤ ਗੰਦੇ ਕੰਮ ਕਰਦੇ ਨੇ ਇਹੋ ਜਿਹੇ ਗੰਦੇ ਕੰਮ, ਜਿਹੜੇ ਵਿਆਹ ਤੋਂ ਕੰਮ ਕਰਨ ਵਾਲੇ ਬਾਅਦ ਚ ਨੇ, ਉਹ ਕੰਮ ਭੈਣ ਚੋਂ ਵਿਆਹ ਤੋਂ ਪਹਿਲਾਂ ਹੀ ਕਰ ਦਿੰਦੇ ਨੇ। ਤੁਸੀਂ ਆਪ ਹੀ ਦੇਖੋ ਕਿੱਥੇ ਤਰੱਕੀ ਕਰ ਦੋਗੇ, ਨਹੀਂ ਤਰੱਕੀ ਕਰ ਸਕਦੇ ਭੈਣ ਚੋਂ ਤੋਂ, ਨਹੀਂ ਤਰੱਕੀ ਕਰਦਾ ਜੇ ਗਾਣ ਦਾ ਜ਼ੋਰ ਲਾ ਲਓ। ਜਿਹੜੇ ਕੰਮ ਤੁਸੀਂ ਵਿਆਹ ਤੋਂ ਬਾਅਦ ਕਰਨ ਲਈ ਵਿਆਹ ਤੋਂ ਪਹਿਲਾਂ ਕਿਉਂ ਕਰਦੇ ਹੋ, ਜਸਟ ਸੋਚਿੰਗ ਯੂਅਰ ਨਾਓ ਐਵਰੀਬਾਡੀ। ਵਾਹ, ਰਜਿੰਦਰਾ ਹੋਸਪਿਟਲ ਚ ਬਾਬੇ ਉਹ ਜਾਣ ਵਸਦੇ। ਮੇਰਾ ਦਿਲ ਕਰਦਾ ਵੀ ਕਿ ਇਹ ਹੋਸਪਿਟਲ, ਐਡਾ ਹੋਸਪਿਟਲ, ਇੱਕ ਮੇਰੀ ਮਾਤਾ ਦੇ ਨਾਂ ਉੱਥੇ ਬਣੇ, ਜਿਹਦੇ ਵਿੱਚ ਫ੍ਰੀ ਇਲਾਜ, ਫ੍ਰੀ ਸਾਰਾ ਕੁਛ। ਇੱਕ ਦਿਨ ਜੱਟ ਇਹਨਾਂ ਕਾਮਯਾਬ ਹੋ ਗਿਆ, ਕੈਂਸਰ ਦੇ ਮਰੀਜ਼ਾਂ ਦਾ ਫ੍ਰੀ ਇਲਾਜ ਹੋਊ ਰਜਿੰਦਰਾ ਹੋਸਪਿਟਲ ਦੇ ਵਿੱਚ। ਪਰਮਾਤਮਾ ਕਿਰਪਾ ਕਰੇ।